ਪੰਜਾਬ ਦਾ ਮਸ਼ਹੂਰ ਸ਼ਹਿਰ ਸਾਈਵਾਲ ਲਾਹੌਰ ਤੋਂ ਪੰਜਾਬ ਵੱਲ ਤਕਰੀਬਨ 165 ਕਿਲੋਮੀਟਰ ਦੇ ਫਾਸਲੇ ਤੇ ਵਾਕੀ ਹੈ ਇਸ ਸ਼ਹਿਰ ਦਾ ਪੁਰਾਣਾ ਨਾਮ ਇੰਡਕੋਬਰੀ ਸੀ ਸਾਈਵਾਲ ਨੇ ਜ਼ਿੰਦਗੀ ਦੇ مختلف ਯੋਗੀਆਂ ਵਿੱਚ ਵੱਖਰੀ ਪਛਾਣ ਬਣਾਉਣ ਵਾਲੇ ਬਹੁਤ ਸਾਰੇ ਲੋਕ ਪੈਦਾ ਕੀਤੇ ਜਿਨ੍ਹਾਂ ਨੇ ਨਾ ਸਿਰਫ ਪਾਕਿਸਤਾਨ ਬਲਕਿ ਦੁਨੀਆ ਪਾਰ ਵਿੱਚ ਇਸ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਜ਼ਰੇ ਇਲਾਕਾ ਮਲਕੀ ਸਤਾ ਤੇ ਮਸ਼ਹੂਰ ਹੈ ਖਾਸ ਤੌਰ ਤੇ ਗੰਧਮ ਦੀ ਵੱਡੇ ਪੈਮਾਨੇ ਤੇ ਕਾਸ਼ ਦੀ ਵਜਾ ਪਰੋਂ ਇਹਨੂੰ ਅਨਾਜ ਦਾ ਘਰ ਵੀ ਆਖਿਆ ਜਾਂਦਾ ਹੈ। ਤਾਲੀਮੀ ਮੈਦਾਨ ਵਿੱਚ ਵੀ ਐ ਸ਼ਹਿਰ ਦੀਆਂ ਖਿਦਮਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਗਵਰਨਮੈਂਟ ਇਮਾਮੀਆ ਕਾਲੀ ਸਾਈ ਵਾਲਦਾ ਸ਼ਮਾਰ ਪੰਜਾਬ ਦੇ ਉਹਨਾਂ ਅਦਾਰਿਆਂ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਦੂਜੇ ਬਹੁਤ ਸਾਰੇ ਕਦੀਮ ਦਰਸਗਾਹਾਂ ਦੀ ਮੌਜੂਦਗੀ ਵਿੱਚ ਨਿਸਾਬੀ ਤੇ ਹਮ ਨਿਸਾਬੀ ਸਰਗਰਮੀਆਂ ਵਿੱਚ ਅੱਛੇ ਨਤੀਜੇ ਹਾਸਲ ਹੋਏ। ਇਤੋਂ ਦੇ طالب ਇਲਮਾ ਨੇ مختلف ਮੈਦਾਨਾਂ 'ਚ ਆਪਣੀ ਸਲਾਹਯਤਾਂ ਦਾ ਲੋਹਾ ਮੰਵਾ ਕੇ ਨਾ ਸਿਰਫ ਕਾਲਜ ਦਾ ਬਲਕਿ ਸ਼ਹਿਰ ਦਾ ਨਾਂ ਵੀ ਰੌਸ਼ਨ ਕੀਤਾ। ਮੈਂ ਇਮਾਮੀਆ ਕਾਲਜ ਦੇ ਵਿੱਚ 2 ਸਾਲ ਤੱਕ 1973 ਤੋਂ ਲੈ ਕੇ 1975 ਤੱਕ ਇਤੋਂ ਦਾ ਸਟੂਡੈਂਟ ਰਿਹਾ ਹਾਂ। ਇਹ ਮੇਰੀ ਪਹਿਲੀ ਮਾਦਰਾ ਇਲਮੀ ਹੈ ਜਿਸ ਦੇ ਵਿੱਚ ਮੈਂ ਕਿਸੇ ਕਾਲਜ ਦੇ ਵਿੱਚ تعلیم ਹਾਸਲ ਕੀਤੀ। ਅੱਲਾਹ ਤਾਲਾ ਦਾ ਸ਼ੁਕਰ ਹੈ। ਬਹੁਤ ਕੁਝ ਇਹ ਤੋਂ ਸਿੱਖਿਆ। اور اس کالج ਦੀ بدولت میں الحمدللہ انجیننگ सिविल انجیننگ ਕੀਤੀ اس ਤੋਂ ਬਾਅਦ ਮੈਂ ਬਤੌਰ ਡਾਇਰੈਕਟਰ ਫਲਡ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਤੋਂ ਰਿਟਾਇਰ ਹੋਇਆ ਮੈਂ ਪਿੰਡ ਤੋਂ ਜਦੋਂ ਆਇਆ ਸ਼ਹਿਰ ਦੇ ਵਿੱਚ ਤੇ ਇਹ ਉਹ ਕਾਲਜ ਹੈ मामिया ਕਾਲਜ ਕਿ ਜਿਸ ਦਰਸਗਾਹ ਨੇ ਮੈਨੂੰ ਆਪਣੀ ਗੋਦ ਵਿੱਚ ਲਿਆ ਮੈਨੂੰ ਸ਼ਹਿਰ ਦੇ এনवायरमेंट ਨਾਲ ਇੰਟਰੋਡਿਊਸ ਕਰਵਾਇਆ ਤੇ ਮੇਰੀ ਤਰਬੀਅਤ ਦਾ ਜਿਹੜਾ ਪਹਿਲਾ ਮرحله ਹੈ ਪਿੰਡਾਂ ਤੋਂ ਨਿਕਲ ਕੇ ਉਹ ਇਸ ਦਰਸਗਾਹਤ ਵਿੱਚ ਹੋਇਆ ਇਹ ਦਸਗਾ ਦੇ ਆਪਣੇ ਸਾਸਾ ਦੇ ਅਸੀਂ ਬੜੇ ਮਸ਼ਕੂਰ ਆ ਕਿ ਜਿਨ੍ਹਾਂ ਦੀ ਵਜ੍ਹਾ ਤੋਂ ਇੱਕ ਕਾਮਯਾਬ ਤੇ ਭਰਪੂਰ ਜ਼ਿੰਦਗੀ ਜਿਹੜੀ ਅਸੀਂ گزار ਰਹੇ ਆ ਤੇ ਹਰ ਫੀਲਡ ਦੇ ਵਿੱਚ ਬਿਹਤਰੀਨ ਜਿਹੜੀ ਹੈ ਅੱਲਾਹ ਤਾਲਾ ਨੇ ਕਾਮਯਾਬੀ ਦਿੱਤੀ ਹੈ ਕਾਲਜ ਦੇ ਤਦਰੀਸੀ ਅਮਲੇ ਸਮੇਤ ਦੂਜੇ ਸ਼ੋਬਿਆਂ 'ਚ ਵੀ ਹਰ ਕੋਈ ਆਪਣੀ ਆਪਣੀ ਜ਼ਿੰਮੇਵਾਰੀ ਐਸਨ ਤਰੀਕੇ ਨਾਲ ਅਦਾ ਕਰ ਰਿਹਾ ਹੈ ਕਾਲਜ ਦੇ ਮਰਕਜ਼ੀ ਗੇਟ ਤੇ ਤਾਇਨਾਤ ਸਿਕਿਉਰਟੀ ਐਲਕਾਰ ਆਪਣੇ ਫਰਾਈਜ਼ ਦੀ ਅਦਾਇਗੀ ਵਿੱਚ ਮਸਰੂਫੇ ਅਮਲੇ ਇਈਦਰਾ ਨਜ਼ਮੋ ਜ਼ਬਤ ਦੇ ਮਾਮਲੇ ਵਿੱਚ ਆਪਣੀ ਮਿਸਾਲ ਆਪੇ ਇਸ ਇੰਦਾਰੇ ਦਾ ਇੰਤਖਾਬ ਇਸ ਵਜ੍ਹਾ ਤੋਂ ਕੀਤਾ ਹੈ ਕਿ ਇੱਥੋਂ ਦੇ ਟੀਚਰ ਬਹੁਤ ਚੰਗਾ ਪੜਾਉਂਦੇ ਹਨ ਪਰ ਅਮਨ ਮਾਹੌਲ ਹੈ ਇਸ ਸਾਡੀ تعلیم ਦੇ ذریعے ذریعے ਸਾਡੀ ਤਰਬੀਅਤ ਵੀ ਕੀਤੀ ਜਾਂਦੀ ਹੈ ਮੈਂ ਸਦਾਰੇ ਦਾ ਇੰਤਖਾਬ ਤਾਂ ਕੀਤਾ ਹੈ ਕਿ ਇਸ ਅਦਾਰੇ ਦੇ ਵਿੱਚ ਇੰਤਹਾ ਹੀ ਮناسب ਫੀਸ ਹੈ ਤੇ ਕੁਆਲੀਫਾਈਡ ਟੀਚਰ ਹੈਗੇ ਮਾਸ਼ਾਅੱਲਾ ਤੇ ਵਕਤ ਤੇ ਅਮਦਨ ਤੇ ਵਕਤ ਜਾਂਦੇ ਨੇ ਫਰੋਗ਼-ਏ-ਇਲਮ ਲਈ ਇੱਥੋਂ ਦੇ ਅਸਾਸਾ ਪੂਰੀ ਮਿਹਨਤ ਤੇ ਜਾਫਸ਼ਾਨੀ ਨਾਲ ਤਰਸੀਲੇ ਇਲਮ ਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਮਸਰੂਫ ਨੇ ਅਲhamdulillah ਇਸ ادارے ਦੇ ਵਿੱਚ ਅਗਰ ਛੇ ਤਲਬਾ ਜਿਹੜੇ ਨੇ ਉਹ ਜ਼ਿਆਦਾਤਰ ਪਿੰਡਾਂ ਚੋਂ ਆ ਕੇ ਪੜਨ ਵਾਲੇ ਨੇ ਲੇਕਿਨ ਇਸ ਦੇ ਬਾਵਜੂਦ ਇਹ ਅੱਲਾ ਪਾਕ ਦਾ ਇਹਸਾਨ ਹੈ ਕਿ ਗਵਰਨਮੈਂਟ ਇਮਾਮੀਆ ਕਾਲਜ ਨੇ تعلیمی ادارਿਆਂ ਦੇ ਵਿੱਚੋਂ ਇੱਕ ਆਪਣੀ ਇੱਕ ਮੁਨਫਰਦ ਸ਼ਾਨ ਜਿਹੜੀ ਹੈ ਉਹ ਕਾਇਮ ਕੀਤੀ ਹੈ ਉਹ ਤਾਲਬ ਇਲਮ ਜਿਹੜੇ ਪਿੰਡਾਂ ਥਾਵਾਂ ਤੋਂ ਆਉਂਦੇ ਸੀ 20 20 ਮੀਲ ਸਾਈਕਲ ਤੇ ਚੱਲ ਕੇ ਆਉਂਦੇ ਸੀ ਬਸਾਂ ਤੇ ਰੁੱਲ ਕੇ ਆਉਂਦੇ ਸੀ ਗਵਰਨਮੈਂਟ ਕਾਲਜ ਜਿਨ੍ਹਾਂ ਨੂੰ ਪਨਾ ਨਹੀਂ ਦਿੰਦਾ ਸੀ ਸਾਡੇ ਕਾਲਜ ਆ ਜਾਂਦੇ ਸੀ ਇਸ ਕਾਲਜ ਦੀ ਛਾਂ ਉਹਨਾਂ ਵਾਸਤੇ ਧੁੱਪ ਦੇ ਵਿੱਚ ਬੜਾ ਸਾਇਆ ਸੀ ਅਲਹਮਦੁਲਿਲਾ ਇਸ ਕਾਲਜ ਦੇ ਸਾਜ਼ਿਦਾ ਨੇ ਉਹਨਾਂ ਬੱਚਿਆਂ ਦੀ ਤਰਬੀਅਤ ਕੀਤੀ ਜਿਹੜੇ ਸ਼ਾਇਦ ਰੁੱਲ ਜਾਂਦੇ ਗਲੀਆਂ ਦੇ ਵਿੱਚ ਗਲੀਆਂ ਤਾਂ ਕੱਖ ਬਣ ਜਾਂਦੇ ਉਹਨਾਂ ਨੂੰ ਲੱਖ ਬਣਾ ਦਿੱਤਾ ਕਾਲਜ ਸਾਇੰਸੀ ਤੇ ਤਾਲੀਮੀ ਰਵਾਇਤ ਦੇ ਨਾਲ ਨਾਲ ਕੰਪਿਊਟਰ ਸਾਇੰਸਿਸ ਵਿੱਚ ਵੀ ਤਲਬਾ ਦੀ ਇਲਮੀ ਪਿਆਸ ਬੁਝਾਉਣ ਵਿੱਚ ਆਪਣਾ ਕਿਰਦਾਰ ਅਦਾ ਕਰ ਰਿਹਾ ਹੈ ਇਤਾਰੇ ਵਿੱਚ ਹਰ ਸਾਲ ਸਾਇੰਸੀ ਨਮਾਇਸ਼ ਦਾ ਇਤਮਾਮ ਵੀ ਕੀਤਾ ਜਾਂਦਾ ਹੈ ਜਿਦੇ ਵਿੱਚ ਤਲਬਾ ਦੇ ਬਣਾਏ ਹੋਏ ਬਹੁਤ ਸਾਰੇ ਸਾਇੰਸੀ ਮਾਡਲ ਵੀ ਰੱਖੇ ਜਾਂਦੇ ਨੇ ਤਾਲੀਮੀ ਸਰਗਰਮੀਆਂ ਦੇ ਨਾਲ ਨਾਲ ਕਾਲਜ ਦੇ ਵਸੀਓ ਰੀਜ਼ ਗਰਾਉਂਡ ਵਿੱਚ ਤਲਬਾ ਦੀ ਜ਼ਹਿਨੀ ਤੇ ਜਿਸਮਾਨੀ ਨਸ਼ਨੁਮਾ ਲਈ ਤਫਰੀਹੀ ਸਰਗਰਮੀਆਂ ਸਾਰਾ ਸਾਲ ਜਾਰੀ ਰਹਿੰਦੀਆਂ ਨੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਮੁਹੰਮਦ ਸ਼ਹਿਜ਼ਾਦ ਰਫੀਕ ਨੇ ਕਾਲਜ ਦੀਆਂ ਕਦੀਮ ਤੇ ਮਜ਼ਬੂਤ ਰਿਵਾਇਤਾਂ ਨੂੰ ਅੱਗੇ ਵਧਾਉਣ ਦਾ ਅਜ਼ਮ ਕੀਤਾ ਹੋਇਆ ਹੈ ਇਹੀ ਜਜ਼ਬਾ ਉਹਨਾਂ ਨੂੰ ਕਾਲਜ ਦੀ ਤਾਮੀਰ ਤੇ ਤਰੱਕੀ ਦੇ ਕੰਮਾਂ ਵਿੱਚ ਸਰਗਰਮ ਰੱਖਦਾ ਹੈ ادارے دے اس مہینتی تے انتک سربراہ دی خصوصی توجہ दिलचस्पी ਤੇ ਸਰਪਰਸਤੀ ਨਾਲ ਇਹ ادارਾ ਐਸਨ ਅਫਰੀਨੀਆ ਤੇ ਖੂਬਸੂਰਤੀਆਂ ਦਾ ਮਰਕਜ਼ ਬਣ ਗਿਆ ਹੈ ਮੈਨੂੰ ਫਖਰ ਹੈ ਆਪਣੀ ਟੀਮ ਤੇ ਆਪਣੇ ਅਸਾਜ਼ਾ ਕ੍ਰਾਮ ਤੇ ਆਪਣੇ ਅਮਲੇ ਤੇ ਉਹਨਾਂ ਨੇ ਭਰਪੂਰ ਸਾਥ ਦਿੱਤਾ ਮੈਂ ਕਦੀ ਵੀ ਤਕਿਆ ਕਿ ਜੀ ਗਵਰਨਮੈਂਟ ਦੇਵੇ ਗਵਰਨਮੈਂਟ ਦੇ ਆਪਣੇ ਮਸਾਇਲ ਨੇ ਆਪਣੇ ਹਾਲਾਤ ਨੇ ਕੰਪਿਊਟਰ ਲੈਬ ਕੋਈ ਨਹੀਂ ਸੀ ਅਸੀਂ ਆਪਣੇ ਮਸਾਇਲ ਨਾਲ ਉਹ ਕੰਪਿਊਟਰ ਲੈਬ ਬਣਾਈ ਹੈ ਕੰਪਿਊਟਰ ਲੈਬ ਦਾ ਕੋਈ اٹینڈੈਂਟ ਵੀ ਨਹੀਂ ਕੋਈ ਟੀਚਰ ਵੀ ਨਹੀਂ ਸੈਕਸ਼ਨ ਲੇਕਿਨ ਅਲਹਮਦੁਲਿਲਾ ਅਸੀਂ ਉਹਨੂੰ ਵੀ ਮੈਨੇਜ ਕੀਤਾ ਤੇ ਮੈਨੇਜਮੈਂਟ ਕਰਕੇ ਇਹਨੂੰ ਚਲਾਇਆ ਕੰਪਿਊਟਰ ਲੈਬਸ ਨੂੰ ਦੁਬਾਰਾ ਡਿਵੈਲਪ ਕੀਤਾ ਹੈ ਕਾਲਜ ਦੀ ਖੂਬਸੂਰਤੀ ਅਕੈਡੈਮਿਕਸ ਹਰ ਲਿਹਾਜ਼ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਇਹਨੂੰ ਤਰੱਕੀ ਦੇਈਏ ਮੈਂ ਇੱਕ ਕੋਸ਼ਿਸ਼ ਕੀਤੀ ਹੈ ਕਾਮਯਾਬੀ ਅੱਲਾਹ ਤਾਲਾ ਦਿੱਤੀ ਹੈ ਮੌਲਾ ਨੇ ਜ਼ਾਕ ਕੀਤੀ ਹੈ ਇਹਦੇ ਵਾਸਤੇ ਮੈਂ ਹਕੂਮਤ ਦਾ ਸ਼ੁਕਰੀਆ ਅਦਾ ਕਰਦਾ ਕਿ ਜਿੰਨੇ ਵੀ ਵਸਾਇਲ ਉਹਨਾਂ ਦਿੱਤੇ ਅਸੀਂ ਇਨਸ਼ਾਅੱਲਾ ਪੂਰੀ ਕੋਸ਼ਿਸ਼ ਚਾਹ ਕਿ ਇਹਨੂੰ ਤਰੱਕੀ ਦੇਈਏ ਮਹਿਕ ਮਾਇਤਲੀਮ ਸੂਬੇ ਪਾਰ ਵਿੱਚ تعلیم ਦੀ ਤਰੱਕੀ ਲਈ ਕੋਸ਼ਾ ਹੈ ਇਹਦੇ ਫਰੋਗ ਵਾਸਤੇ ਕਈ ਅਮਲੀ ਇਕਤਮਾਤ ਕਰ ਰਿਹਾ ਹੈ ਮਹਿਕ ਮੇ ਵੱਲੋਂ ਗਵਰਨਮੈਂਟ ਇਮਾਮੀਆ ਕਾਲੇ ਸਾਈ ਵਾਲਦੀ ਬਿਹਤਰੀ ਲਈ ਵੀ ਕਈ ਇਕਤਮਾਤ ਇਸ ਮਨਸੂਬੇ ਦਾ ਹਿੱਸਾ ਨੇ ਇਸ ادارے ਨੇ ਪਿਛਲੇ ਚੰਨ ਸਾਲਾਂ ਦੇ ਵਿੱਚ ਆਪਣਾ ਨਾਮ ਰੁਤਬਾ ਬੁਲੰਦ ਕੀਤਾ ਇਹ ਸਾਰੀ ਕੋਸ਼ਾ ਕਾਵਸ਼ਾ ਔਰ ਜਿਹੜੀ ਤੁਹਾਨੂੰ ਇੱਥੇ ਹੁਸਨ ਖੂਬੀ ਖੂਬਸੂਰਤੀ ਸਬਜ਼ਾ ਨਜ਼ਰ ਆਉਂਦਾ ਹੈ ਇਸ ਸਾਰੀਆਂ ਇਹਨਾਂ ਦਾ ਕ੍ਰੈਡਿਟ ਲਾਜ਼ਮੀ ਤੌਰ ਤੇ ਪ੍ਰਿੰਸੀਪਲ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਜਾਂਦਾ ਹੈ ਮੈਂ ਮੁਬਾਰਕਬਾਦ ਇਹਨਾਂ ਨੂੰ ਪੇਸ਼ ਕਰਦਾ ਹਾਂ ਇਹ ਬਹੁਤ ਚੰਗਾ ਕੰਮ ਕਰ ਰਹੇ ਔਰ ਮੈਂ ਦੁਆ ਕਰਦਾ ਕਿ ਇਹ مزید ਨਿਖਾਰ ਪੈਦਾ ਕਰਨਗੇ ਔਰ ਸਾਈਵਾਲ ਦੇ ਵਿੱਚ ਨਾ ਸਿਰਫ ਸਾਈਵਾਲ ਦੇ ਇਸ ادارے ਦਾ ਨਾਮ ਰੋਸ਼ਨ ਕਰਨਗੇ ਬਲਕਿ ਮੈਂ ਸਮਝਦਾ ਪੂਰੇ ਪੰਜਾਬ ਔਰ ਪਾਕਿਸਤਾਨ ਦੇ ਵਿੱਚ ਇਹ ਬਹੁਤ ਅੱਗੇ ਇਸ ادارے ਦਾ ਨਾਮ ਰੋਸ਼ਨ ਕਰਦੇ ਅੱਗੇ ਵਧਣਗੇ ਔਰ ਮੁਲਕ ਔਰ ਕੌਮ ਦੀ ਖਿਦਮਤ ਕਰਨਗੇ